ਇੰਡੀਆ ਨਿਊਜ਼। ਵੱਡੀ ਖਬਰ ਮੋਗਾ ਤੋਂ ਜਿੱਥੇ ਵਿਧਾਇਕ ਤੇ ਹੋਏ ਹਮਲੇ ਦੇ ਮਾਮਲੇ ਨੂੰ ਲੈ ਕੇ ਪੁਲਿਸ ਨੇ 5 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ। ਸੋ ਮੋਗਾ ਤੋਂ ਵੱਡੀ ਖਬਰ, ਗ੍ਰਿਫਤਾਰ ਕੀਤੇ ਮੁਲਜ਼ਮਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ। ਕੋਰਟ ਨੇ ਮੁਲਜ਼ਮਾਂ ਨੂੰ 1 ਦਿਨ ਦੇ ਰਿਮਾਂਡ ਤੇ ਭੇਜ ਦਿੱਤਾ। ਡੀਜੇ ਫਾਇਰਿੰਗ ਮਾਮਲੇ ਨੂੰ ਲੈ ਕੇ ਲੋਕ ਧਰਨਾ ਦੇ ਰਹੇ ਸੀ। ਜਿਸ ਵੇਲੇ ਵਿਧਾਇਕ ਉੱਥੇ ਪਹੁੰਚੇ, ਇੱਕ ਨੌਜਵਾਨ ਦੀ ਮੌਤ ਹੋਈ ਸੀ। ਪਰ ਵਿਧਾਇਕ ਜਦੋਂ ਉੱਥੇ ਪਹੁੰਚੇ ਤਾਂ ਉੱਥੇ ਲੋਕਾਂ ਦੇ ਨਾਲ ਉਹਨਾਂ ਦੀ ਕੋਈ ਨੋਕਝੋਂਕ ਹੋਈ, ਕੋਈ ਬਹਿਸ ਹੋਈ, ਜਿਸ ਤੋਂ ਬਾਅਦ ਲੋਕਾਂ ਵੱਲੋਂ ਵਿਧਾਇਕ ਦੀ ਗੱਡੀ 'ਤੇ ਭੰਨਤੋੜ ਵੀ ਕੀਤੀ ਗਈ, ਜਿਸ ਨੂੰ ਲੈ ਕੇ ਪੁਲਿਸ ਨੇ ਕੁਝ ਲੋਕਾਂ 'ਤੇ ਮਾਮਲਾ ਦਰਜ ਕੀਤਾ ਸੀ, ਜਿਨ੍ਹਾਂ 'ਚੋਂ 5 ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਕੋਰਟ 'ਚ ਪੇਸ਼ ਕੀਤਾ ਗਿਆ ਅਤੇ ਕੋਰਟ ਨੇ 1 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ। ਮੋਗਾ ਤੋਂ ਵੱਡੀ ਖਬਰ, ਜਿੱਥੇ ਵਿਧਾਇਕ 'ਤੇ ਹਮਲੇ ਮਾਮਲੇ ਨੂੰ ਲੈ ਕੇ 5 ਲੋਕ ਗ੍ਰਿਫਤਾਰ ਕੀਤੇ ਗਏ, ਜਿਨ੍ਹਾਂ ਨੂੰ ਅੱਜ ਕੋਰਟ 'ਚ ਪੇਸ਼ ਕੀਤਾ ਗਿਆ ਅਤੇ 1 ਦਿਨ ਦੇ ਰਿਮਾਂਡ 'ਤੇ ਭੇਜ ਦਿੱਤਾ ਗਿਆ। ਸੋ ਵਿਧਾਇਕ ਦੇ ਹੋਏ ਕਤਲ ਦੇ ਮਾਮਲੇ 'ਤੇ ਇਸ ਵੇਲੇ ਇੱਕ ਵੱਡੀ ਖਬਰ, ਪੁਲਿਸ ਨੇ 5 ਲੋਕਾਂ ਨੂੰ ਗ੍ਰਿਫਤਾਰ ਕੀਤਾ। ਕਿਉਂਕਿ ਕਈ ਲੋਕਾਂ 'ਤੇ ਮਾਮਲਾ ਕੱਲ੍ਹ ਦਰਜ ਕੀਤਾ ਗਿਆ ਸੀ, ਪਰ ਅੱਜ 5 ਲੋਕ ਗ੍ਰਿਫਤਾਰ ਕੀਤੇ ਗਏ, ਜਿਨ੍ਹਾਂ 'ਚੋਂ ਕੋਰਟ 'ਚ ਪੇਸ਼ ਵੀ ਕੀਤਾ ਗਿਆ ਅਤੇ 1 ਦਿਨਾ ਪੁਲਿਸ ਰਿਮਾਂਡ 'ਤੇ ਇਹਨਾਂ ਸਾਰਿਆਂ ਨੂੰ ਭੇਜ ਦਿੱਤਾ ਗਿਆ। ਸੋ ਡੀਜੇ ਫਾਇਰਿੰਗ ਮਾਮਲੇ ਨੂੰ ਲੈ ਕੇ ਲੋਕ ਧਰਨਾ ਦੇ ਰਹੇ ਸੀ। ਜਦੋਂ ਵਿਧਾਇਕ ਉੱਥੇ ਪਹੁੰਚੇ ਤਾਂ ਵਿਧਾਇਕ 'ਤੇ ਹਮਲਾ ਕੀਤਾ ਗਿਆ, ਉਹਨਾਂ ਦੀ ਗੱਡੀ 'ਤੇ ਭੰਨਤੋੜ ਵੀ ਕੀਤੀ ਗਈ। ਕਈ ਲੋਕਾਂ ਦੇ ਖਿਲਾਫ਼ ਮਾਮਲਾ ਦਰਜ ਕੀਤਾ ਗਿਆ। ਇਹ ਤਸਵੀਰਾਂ ਨੇ ਜਿਨ੍ਹਾਂ ਲੋਕਾਂ 'ਤੇ ਮਾਮਲਾ ਦਰਜ ਕੀਤਾ ਗਿਆ, ਉਹਨਾਂ 'ਚੋਂ 5 ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਕੋਰਟ 'ਚ ਅੱਜ ਪੇਸ਼ ਕੀਤਾ ਗਿਆ ਅਤੇ ਦੱਸ ਦਈਏ ਕਿ 1 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ। ਡੀਜੇ ਫਾਇਰਿੰਗ ਮਾਮਲੇ ਨੂੰ ਲੈ ਕੇ ਲੋਕ ਧਰਨਾ ਦੇ ਰਹੇ ਸੀ। ਜਦੋਂ ਵਿਧਾਇਕ ਉੱਥੇ ਪਹੁੰਚੇ, ਵਿਧਾਇਕ ਦੇ ਨਾਲ ਕੋਈ ਬਹਿਸ ਹੋਈ, ਵਿਧਾਇਕ 'ਤੇ ਹਮਲਾ ਕੀਤਾ ਗਿਆ ਅਤੇ ਪੁਲਿਸ ਨੇ ਕੁਝ ਲੋਕਾਂ 'ਤੇ ਮਾਮਲਾ ਦਰਜ ਕੀਤਾ ਅਤੇ ਹੁਣ ਉਹਨਾਂ 'ਚੋਂ 5 ਨੂੰ ਗ੍ਰਿਫਤਾਰ ਕਰਕੇ ਅੱਜ ਕੋਰਟ 'ਚ ਪੇਸ਼ ਕੀਤਾ ਗਿਆ ਅਤੇ 1 ਦਿਨਾ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ। ਸੋ ਗੁਰਦੇਵ ਪੰਮ ਸਾਡੇ ਪੱਤਰਕਾਰ ਇਸ ਵੇਲੇ ਫੋਨ ਲਾਈਨ 'ਤੇ ਜੁੜੇ ਨੇ। ਗੁਰਦੇਵ, ਕੀ ਜਾਣਕਾਰੀ ਹੈ ਜੋ ਰਿਮਾਂਡ 'ਤੇ ਭੇਜਿਆ ਗਿਆ, ਕੋਰਟ 'ਚ ਅੱਜ ਕੀ ਕੁਛ ਰਿਹਾ? ਨਵਨੀਤ, ਮੈਨੂੰ ਦੱਸੋ, ਮੋਗਾ ਦੀ ਗੱਲ ਕੀਤੀ, ਮੋਗਾ ਦੇ ਕਸਬਾ ਕੋਟਚੀਆਂ ਦੇ ਪਿੰਡ ਜਿਹੜਾ ਗੋਲੀ ਚੱਲਣਾ ਫਾਇਰਿੰਗ ਦਾ ਮਾਮਲਾ ਸੀ, ਇੱਕ ਯੁਵਕ ਦੀ ਉੱਥੇ ਮੌਤ ਹੋ ਗਈ। ਉਸ ਤੋਂ ਬਾਅਦ ਪਿੰਡ ਵਾਲਿਆਂ ਵੱਲੋਂ ਤੇ ਪਰਿਜਨਾਂ ਵੱਲੋਂ ਸਰਕਾਰੀ ਹਸਪਤਾਲ ਨਾਲ ਗਏ। ਉਹ ਧਰਨੇ ਦੌਰਾਨ ਜਿਹੜਾ ਸੁਰੀ ਸਿੰਘ ਕਾਕਾ ਲੋਹਗੜ ਜਦੋਂ ਮੌਕੇ 'ਤੇ ਪਹੁੰਚਿਆ ਤਾਂ ਉਹਨਾਂ ਨੂੰ ਗਲਤ ਲਫਾਜ਼ ਯੂਜ਼ ਕੀਤੇ ਗਏ, ਗਲਤ ਲਫਾਜ਼ ਵਰਤੇ ਗਏ। ਉਸ ਤੋਂ ਬਾਅਦ ਭੜਕੀ ਹੋਈ ਭੀੜ ਨੇ ਉਸਦੀ ਗੱਡੀ 'ਤੇ ਹਮਲਾ ਕਰਤਾ, ਦੇ ਸ਼ੀਸ਼ੇ ਟੁੱਟੇ, ਗੱਡੀ ਕਾਫ਼ੀ ਨੁਕਸਾਨ ਆਇਆ। ਉਸ ਤੋਂ ਬਾਅਦ ਜਾਨ ਬਚਾ ਕੇ ਪਿਛਲੇ ਗੇਟਵੇ ਦੀ ਹਸਪਤਾਲ 'ਤੇ ਭੱਜੇ। ਕਾਕਾ ਲੋਹਗੜ ਸੁਰੀ ਸਿੰਘ ਲੋਹਗੜ ਦਾ ਐੱਮ ਐੱਲ ਏ ਜੇ ਕਾਂਗਰਸ ਦੇ, ਉਹਨਾਂ ਦਾ ਇਹੀ ਕਹਿਣਾ ਸੀ ਕਿ ਕਾਂਗਰਸ ਦੇ ਐੱਮ ਐੱਲ ਏ ਦਾ ਇਹੀ ਕਹਿਣਾ ਸੀ ਕਿ ਮੈਂ ਕੋਈ ਕੇਸ ਨਹੀਂ ਦਰਜ ਕਰਨਾ, ਮੇਰੇ ਆਪਦੇ ਲੋਕ ਨੇ। ਪਰ ਆਪਦੇ ਡਰਾਈਵਰ ਤੋਂ ਬਿਆਨ ਦਵਾ ਕੇ ਉਹਨਾਂ ਨੇ ਮਾਮਲਾ ਦਰਜ ਕਰਵਾਇਆ। ਮਾਮਲਾ ਕਰੀਬ 80 ਲੋਕਾਂ ਦੇ ਮਾਮਲਾ ਦਰਜ ਹੋਏ, 5 ਲੋਕਾਂ ਦੇ ਬਾਈ ਨੇਮ ਮਾਮਲਾ ਦਰਜ, ਜਿਹਨਾਂ ਵਿੱਚ 4 ਜਿਹੜੇ ਬਾਈ ਨੇਮ ਵਾਲੇ ਲੋਕ ਆ, ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ, ਅੱਜ ਕੋਰਟ 'ਚ ਪੇਸ਼ ਕੀਤਾ ਗਿਆ ਔਰ 1 ਦਿਨਦਾਰ। ਠੀਕ ਹੈ ਗੁਰਦੇਵ, ਧੰਨਵਾਦ ਇਸ ਸਾਰੀ ਜਾਣਕਾਰੀ ਲਈ। ਸੋ ਬਿਲਕੁਲ 1 ਦਿਨ ਦੇ ਰਿਮਾਂਡ 'ਤੇ ਭੇਜ ਦਿੱਤਾ ਗਿਆ ਇਹਨਾਂ 5 ਲੋਕਾਂ ਨੂੰ, ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਹਾਲਾਂਕਿ ਕਈ ਲੋਕਾਂ 'ਤੇ ਮਾਮਲਾ ਦਰਜ ਹੋਇਆ ਸੀ, ਪਰ 5 ਗ੍ਰਿਫਤਾਰ ਹੋਏ ਨੇ ਅਤੇ ਅੱਜ ਕੋਰਟ 'ਚ ਪੇਸ਼ ਕਰਕੇ 1 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ।